Good afternoon, everyone. Welcome again in Oscan's Overseas Education Private Limited. Today, Navjot Singh is with us and he got Canada visa. So, let's talk to him. Unki journey kaisi rahi hai humare saath aur wo khud batayenge. Welcome again in Oscan's Overseas, Navjot. First of all, ye puchna chahungi ki Oscan's ka aapko kaise pata chala ki Oscan's visa files karte hain? जदों मैम मैं अपना पी टी का पेपर देना आया चंडीगढ़ अच्छा उस टाइम मेरा कॉन्टैक्ट हुआ सी जी तो उस तो बाद मेरी फोन कॉल पर गल होंदी रही काफ़ी टाइम तो मैं तो यही कहना चाहूँगा जी सारे भी जिन्हें भी अपना कैनेडा का अपना स्टडी वीजा लगवाना है या यूके का तो मैं सारे यही रिकमेंड करूँगा कि इतने ऑस्कैन ओवरसीज चंडीगढ़ इन्हों के नाल कॉन्टैक्ट करो क्योंकि अप्लाई करने तो बाद 10 दिनों के अंदर अंदर मेरा वीजा आ गया जी बहुत वधिया सी कि अप्लाई करन तो 10 दिनां दे विच विच तुहाडा वीजा आ गया तुहानू ट्रस्ट सी कि ऑस्कैंस तुहाडा वीजा लवा देगी क्योंकि तुसी पहली बारी आए सी देखो जी कॉन्टैक्ट तां आया तां मैं पहली बारी सी पर जदों गलबात होई गलबात दे नाल लग्गिया वी हां विश्वास हैगा सीगा जी तां करके विश्वास सी हां जी हां जी कि हो जाएगा कित्थों आए हो तुसी असीं नाभे तों आए जी नाभे तों देखो नाभे दे लागे चंगी होर वी कंसल्टेंसी है ਲੋਕੀ ਹੋਰ ਕਿਸੇ ਤੋਂ ਵੀ ਲਗਵਾ ਸਕਦੇ ਆ ਬਸ ਅਸੀਂ ਗੱਲਬਾਤ ਕਰੀ ਆ ਜੀ ਹੋਰਾਂ ਨਾਲ ਵੀ ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀ ਲੱਗਿਆ ਨਹੀਂ ਹੈਗਾ ਜੀ ਇਹ ਲਵਾ ਦੇਣਗੇ ਉਹ ਗੱਲ ਨਹੀਂ ਬਣੀ ਉਹ ਬੱਚਾ ਸਾਫ਼ ਕਹਿ ਰਿਹਾ ਕਿ ਗੱਲ ਬਣੀ ਤੇ ਆਸਕੈਂਸ ਦੇ ਨਾਲ ਬਣੀ ਹਾਂਜੀ ਹਾਂਜੀ ਤੇ ਤੁਸੀਂ ਕਿਹੜੀ ਯੂਨੀਵਰਸਿਟੀ ਲਈ ਜਾ ਰਹੇ ਹੋ ਮੈਂ UCW ਵੈਂਕੂਵਰ ਦੇ ਵਿੱਚ ਜਾ ਰਿਹਾ ਜੀ ਵੈਂਕੂਵਰ ਦੀ ਇੱਕ ਬਹੁਤ ਵਧੀਆ ਯੂਨੀਵਰਸਿਟੀ ਹੈ UCW ਯੂਨੀਵਰਸਿਟੀ ਆਫ ਕੈਨੇਡਾ ਵੈਸਟ ਜਿਹਦੀ ਫੁੱਲ ਫਾਰਮ ਹੈ और ये मेन वैनकूवर दे विच सब तो वधिया गल इस यूनिवर्सिटी दी है इहदी एक सैल्फ प्लेसमेंट है जिहड़ी बच्चे नूं डिग्री करन तों बाद ये वर्क परमिट दे अपना वर्क परमिट दिंदे ने और अपने वर्क परमिट दे नाल ही बच्चे नूं प्लेसमेंट्स दिंदे ने डिग्री करन जा रहे हो हाँ जी और जिवें पता है कि कैनेडा दे विच वैसे भी डिग्री दा सक्सैस रेट वधिया पिया आ तुसी बैचलर ली जा रहे हो या तुसी मास्टर्स ली जा रहे हो उहदे विच वीजा सक्सैस रेट अप कर दिता इन्होंने ते किहड़े कोर्स च जा रहे हो मेरा MBA कोर्स है ओके मास्टर्स इन बिजनेस एडमिनिस्ट्रेशन हाँ जी हाँ जी MBA कोर्स है बच्चे का और ये सक्सैसफुली जो भी असी इन्हां नाल कमिटमेंट कीतियां सी वो पूरियां कीतियां ऑस्कैंस ने सब तो वड्डी गल हुंदी है कि जे बच्चा भी ऑस्कैंस से ट्रस्ट करदा ते ऑस्कैंस भी उन्हां दी ट्रस्ट दा पूरा पूरा उन्हां नूं बेनीफिट दिंदा है ਉਹਦਾ ਰਿਜ਼ਲਟ ਉਹਦੇ ਉਹਨਾਂ ਦੇ ਟਰਸਟ ਦੇ ਅਕੋਰਡਿੰਗ ਅਸੀਂ ਦਿੰਦੇ ਹਾਂ ਤਾਂ ਕਿ ਬੱਚੇ ਨੂੰ ਕਦੀ ਵੀ ਕੋਈ ਪ੍ਰੋਬਲਮ ਨਾ ਆਏ ਖੁਸ਼ ਹੋਣ ਕਿ ਤੁਹਾਡੀ ਸੈਟਲਮੈਂਟ ਹੈ ਲਾਈਫ ਦਾ ਫਿਊਚਰ ਸਿਕਿਉਰ ਆ ਜਾਂ ਹਜੇ ਵੀ ਕੋਈ ਡਾਊਟ ਹੈ ਕਿ ਫਿਊਚਰ ਸਿਕਿਉਰ ਹੋਏਗਾ ਜਾਂ ਨਹੀਂ ਹੋਏਗਾ ਨਹੀਂ ਨਹੀਂ ਹੁਣ ਤਾਂ ਸੈਟੀਸਫੈਕਸ਼ਨ ਹੈਗੀ ਹੈ ਸੈਟੀਸਫੈਕਸ਼ਨ ਹੈਗੀ ਬਾਕੀ ਮੈਂ ਤਾਂ ਸਾਰਿਆਂ ਨੂੰ ਇਹੀ ਰეკਮੈਂਡ ਕਰੂੰਗਾ ਜੀ ਵੀ ਇੱਥੇ ਜ਼ਰੂਰ ਆਓ ਜਿਨ੍ਹਾਂ ਨੇ ਆਪਣਾ ਸਟੱਡੀ ਵੀਜ਼ਾ ਲਗਵਾਉਣਾ ਉਹਨਾਂ ਨੂੰ ਇੱਕ ਵਾਰੀ ਇਹ ਵੀ ਦੱਸੋ ਕਿ ਕਿੱਦਾਂ ਦੀਆਂ ਸਰਵਿਸਿਜ਼ ਤੁਹਾਨੂੰ ਆਸਕੈਂਸ ਨੇ ਦਿੱਤੀਆਂ ਦਿੱਕਤ ਆਈ ਕੋਈ ਵੀ ਫਾਈਲਿੰਗ 'ਚ ਕੋਈ ਦਿੱਕਤ ਆਈ ਹੋਵੇ ਨਹੀਂ ਮੇਰਾ ਜ਼ਿਆਦਾਤਰ ਕੰਮ ਸਾਰਾ ਆਨਲਾਈਨ ਹੀ ਹੋਇਆ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਹੀ ਸਾਰਾ ਕੰਮ ਹੋਇਆ ਸਭ ਤੋਂ ਵੱਡੀ ਗੱਲ ਅੱਜ ਦੇ ਟਾਈਮ 'ਚ ਇੱਕ ਆਨਲਾਈਨ ਕੰਸਲਟੈਂਸੀ ਦਾ ਟਰਸਟ ਖਤਮ ਹੋ ਗਿਆ ਲੋਕਾਂ ਨੇ ਹੀ ਕਰਤਾ ਮੈਂ ਇਹ ਕਹਿਣਾ ਚਾਹੂੰਗੀ ਜਾਂ ਫਿਰ ਇਹ ਕਹਿਣਾ ਚਾਹਾਂਗੀ ਜਿਹੜੇ ਫੇਕ ਕੰਸਲਟੈਂਸੀ ਆ ਉਹਨਾਂ ਨੇ ਕਰ ਦਿੱਤਾ ਬਟ ਇੱਕ ਆਨਲਾਈਨ ਟਰਸਟ ਕਰਨਾ ਫਿਰ ਸਾਰੀ ਫਾਈਲਿੰਗ ਆਨਲਾਈਨ ਕਰਨਾ ਵੀਜ਼ਾ ਆਣਾ ਵੀਜ਼ੇ ਤੋਂ ਬਾਅਦ ਵਿਜ਼ਿਟ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸਾਡੇ ਲਈ ਵੀ ਔਰ ਕਲਾਇੰਟ ਲਈ ਵੀ ਮੇਰਾ ਹੁਣ ਦੇਖ ਲਓ ਜੀ ਸ਼ਾਇਦ ਦੂਸਰਾ ਤੀਸਰਾ ਗੇੜਾ ਹੀ ਆ ਸਾਰਾ ਫੋਨ ਤੇ ਹੁੰਦਾ ਰਿਹਾ ਕੰਟੈਕਟ ਸਾਰਾ ਕੰਮ ਫੋਨ ਤੇ ਹੁੰਦਾ ਰਿਹਾ ਉਹ ਜਦੋਂ ਫਾਈਲਿੰਗ ਲਗਾਣੀ ਹੋਈ ਇੱਕ ਵਾਰੀ ਬੱਚਾ ਫਾਈਲ ਚੈੱਕ ਕਰਾ ਲਈ ਅਸੀਂ ਬੁਲਾਉਂਦੇ ਹੀ ਬੁਲਾਉਂਦੇ ਉਸ ਤੋਂ ਬਾਅਦ ਬਾਇਓਮੈਟ੍ਰਿਕ ਹੁੰਦੀ ਹੈ ਤੀਜੀ ਵਾਰੀ ਬੱਚਾ ਵੀਜ਼ਾ ਲੈਣ ਆਇਆ ਹਾਂਜੀ ਤੇ ਇਹ ਸਾਰੀਆਂ ਚੀਜ਼ਾਂ ਕਈ ਤੇ ਕੀ ਕਰਦੇ ਨੇ ਫਾਈਲ ਲਗਾਉਣ ਤੋਂ ਪਹਿਲਾਂ ਹੀ ਕਿੰਨੀ ਵਾਰੀ ਵਿਜ਼ਿਟ ਕਰਦੇ ਆ ਆਸਕੈਂਸ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਰਹੇ ਹੋ ਜਾਂ ਵੀਜ਼ਾ ਲੈਣ ਤੋਂ ਬਾਅਦ ਵਿਜ਼ਿਟ ਕਰ ਰਹੇ ਹੋ ਆਸਕੈਂਸ ਦੇ ਵਿੱਚ ਜਿਹੜੀ ਫਾਈਲ ਆਈ ਹੈ ਉਹ ਅਸੀਂ ਕਰਨੀ ਹੀ ਕਰਨੀ ਆ ਉਹਨੂੰ ਅਸੀਂ ਸਿਰੇ ਚੜਾਣਾ ਹੀ ਚੜਾਣਾ ਇਹ ਗੱਲ ਤੁਸੀਂ ਸਾਰੇ ਜਣੇ ਯਾਦ ਰੱਖੋ ਕੋਈ ਵੀ ਦਿੱਕਤ ਹੈ ਫਾਈਲਿੰਗ ਦੇ ਵਿੱਚ ਕਈ ਰਿਫਿਊਜ਼ਲਸ ਨੇ ਕੋਈ ਇਦਾਂ ਦੇ ਕੇਸ ਨੇ ਤੁਹਾਨੂੰ ਕੋਰਸ ਸਮਝ ਨਹੀਂ ਆ ਰਿਹਾ ਯੂਨੀਵਰਸਿਟੀ ਸਮਝ ਨਹੀਂ ਆ ਰਹੀ ਕਾਲਜ ਸਮਝ ਨਹੀਂ ਆ ਰਿਹਾ ਲੋਕੇਸ਼ਨ ਪ੍ਰਵਿਲ ਸਮਝ ਨਹੀਂ ਆ ਰਹੀ ਕਿੱਥੇ ਜਾਣਾ ਹੈ ਤੁਸੀਂ ਆਸਕੈਂਸ ਦੇ ਦਿੱਤੇ ਹੋਏ ਹੈਲਪਲਾਈਨ ਨੰਬਰਾਂ 'ਚ ਕਾਲ ਕਰੋ ਆਪਣੀ ਕੁਐਰੀ ਦੱਸੋ ਆਪਣੀ ਡਾਊਟਸ ਪੁੱਛੋ ਤੁਹਾਨੂੰ ਇੱਕ ਤੁਹਾਡਾ ਇੱਕ ਕਾਲ ਤੁਹਾਡੇ ਕੋਲ ਆਸਕੈਂਸ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਕੋਲ ਪਹੁੰਚਾ ਦੇਗਾ ਤੁਸੀਂ ਕਾਲ ਨੰਬਰ ਡਾਇਲ ਕਰਨਾ ਤੁਹਾਡਾ ਕੰਮ ਹੈ ਇਨਫੋਰਮੇਸ਼ਨ ਦੇਣਾ ਤੁਹਾਡਾ ਵੀਜ਼ਾ ਸਕਸੈਸਫੁਲੀ ਤੁਹਾਨੂੰ ਗ੍ਰਾਂਟ ਕਰਾਉਣਾ ਇਹ ਆਸਕੈਂਸ ਦਾ ਕੰਮ ਹੈ ਥੈਂਕ ਯੂ ਸੋ ਮੱਚ ਕੰਗ੍ਰੈਚੁਲੇਸ਼ਨ ਵਾਂਸ ਅਗੇਨ ਕਿ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਕਿ ਤੁਸੀਂ ਬਹੁਤ ਮਤਲਬ ਮਿਹਨਤ ਦੇ ਬਾਵਜੂਦ ਕਿਉਂਕਿ ਦੇਖੋ ਯੂਨੀਵਰਸਿਟੀਆਂ ਦੀ ਫੀਸ ਭਰਨੀ ਕੋਈ ਨਾਰਮਲ ਗੱਲ ਨਹੀਂ ਹੁੰਦੀ ਪੈਰੈਂਟਸ ਸਾਰੀ ਉਮਰ ਕਮਾਉਂਦਾ ਹੈ ਫਿਰ ਜਾ ਕੇ ਬੱਚੇ ਨੂੰ ਕੈਨੇਡਾ ਭੇਜਦਾ ਹੈ ਤੇ
ਇਹੀ ਕਹਿਣਾ ਚਾਹੂੰਗੀ ਪੇਰੈਂਟਸ ਨੂੰ ਵੀ ਤੁਹਾਨੂੰ ਵੀ ਕਿ ਬਹੁਤ ਬਹੁਤ ਵਧਾਈਆਂ ਔਰ ਪੇਰੈਂਟਸ ਦਾ ਤੁਸੀਂ ਮਤਲਬ ਰਿਗਾਰਡ ਕਰੋ ਪੇਰੈਂਟਸ ਨੂੰ ਅੱਗੇ ਬੁਲਾਓ ਤੁਸੀਂ ਵੀ ਉਹਨਾਂ ਨੂੰ ਪੀ ਆਰ ਸਕਸੈਸਫੁਲੀ ਕਰਕੇ ਦਿਖਾਓ ਕਿ ਮੈਂ ਕੈਨੇਡਾ ਦੇ ਵਿੱਚ ਸਕਸੈਸਫੁਲੀ ਸੈਟਲ ਹੋਇਆ ਕੰਗਰੈਚੁਲੇਸ਼ਨ ਸਾਡੀਆਂ ਵਿਸ਼ਿਜ਼ ਆਸਕੈਂਸ ਦੀਆਂ ਵਿਸ਼ਿਜ਼ ਹਰ ਬੱਚੇ ਦੇ ਨਾਲ ਹਮੇਸ਼ਾ ਹੁੰਦੀਆਂ ਨੇ ਤੁਹਾਡੇ ਨਾਲ ਵੀ ਹੈ ਥੈਂਕ ਯੂ ਸੋ ਮਚ